संतोख सिंह धीरहुरी सचमुच एडे वड्डे लेखक ने कि पंजाब साहित्य अकादमी चंडीगढ़ चो निकल के डढेड़ी पहुंची अज। मैं बहुत गल्लां नहीं करनियां धीर जी बारे, खासा मेरा उन्होंने रहा है, काफ़ी बलविंदर गरेवाल हुरी बैठे ने, असी उन्होंने बहुत मिलते रहे हैं। तो मैं ना डेरिया च विचरना, पता बहुत सारे मित्रों विचरिया भी हाँ, बड़ा लंबा समा हूँ भी विचरना। उत्थे ना दो तरह की संतान होंगी, एक नादी संतान एक बिंदी संतान, तुसी सारे समझते हो जिहड़े सियाने बैठे। नादी ते जिहड़े सेवा करन वाले ने, सेवक ने, कोले रहिंदे ने, सिखदे ने, सेवा करदे ने, उह बिंदी संतान जिहड़ी उहनां दी अपनी संतान होंदी है। ते बिंदी संतान कुछ नहीं करदी, ऐश करदी है, ते ओ सेवक हुंदे ने, नादी संतान वाले ओ सेवा करदे ने। लेकिन जिद्दण ओ बाबा जी चले जांदे ने डेरे वाले, जिहड़ी गद्दी संभालनी हुंदी, फिर बिंदी संतान आ जांदी, नादी वालियां नूं परे कर दिंदे ने जिन्हां ने सिख्या हुंदा सारे। इत्थे जिहड़ा होया ओ इदों अलग होया, साडे कोले रूप जी बैठे ने, साडे बहुत माणयोग कहानीकार ने, ये उन्होंने ब्रदर ने, संजीवन हुणी रंजीवन हुणी इन्हां दी बिंदी संतान ने। धीर हुणा दा मतलब जिहड़ा अगे चल रहा है बाबा ईश्वर सिंह हुणा दा, बिंदी चल रही है, वो ये संतान है। ते ये सिर्फ ये ने वो सज्जन जिहड़े सिर्फ बिंदी संतान बन के ऐश करन वाले नहीं रहे हैगे, जिन्हां ने संतोख सिंह धीर दी सेवा भी कीती, रूप होना दी सेवा भी कीती, और उन्हां तो सिख्या भी, ते गद्दी दे हकदार भी ने। अज बैठे ने जिहड़े सचमुच ये अगे चला रहे ने, ते अगे अपने बच्चियां नूं भी इन्हां ने सब कुछ दिता होया, सानूं इस गल दा माण रहिंदा हमेशा ही इन्हां दे उत्ते। बड़ियां गल्लां ने इन्हां बारे करन वालियां, धीर साहब बारे, धीर साहब बारे मैं एक गल जिहड़ी करनी ना, उन्हां दे भोलेपण दी, इह जिहड़ा कुछ आउंदा ना लेखकां नूं लिखण वाला, ਇਹ ਉਹਨਾਂ ਦੇ ਭੋਲੇਪਣ ਚੋਂ ਆਉਂਦਾ ਹੈ। ਭੋਲੇਪਣ ਦੇ ਨਾਲ ਚੇਤਨ ਹੋਣਾ। ਧੀਰ ਸਾਹਿਬ ਦੀ ਤੁਸੀਂ ਕਿਤੇ ਕੋਈ ਸਿਫਤ ਕਰ ਦਿਓ ਨਾ ਕਹਾਣੀ ਦੀ, ਕਵਿਤਾ ਦੀ, ਤੇ ਬੱਚਿਆਂ ਨੂੰ ਖੁਸ਼ ਹੋ ਜਾਂਦੇ ਸੀਗੇ। ਪਰ ਜੇ ਉਹਨਾਂ ਦੀ ਕਹਾਣੀ ਕੋਈ ਵਰਤਣ ਦੀ ਕੋਸ਼ਿਸ਼ ਕਰੇ, ਕੋਈ ਫਿਲਮ ਬਣਾਵੇ ਬਿਨਾਂ ਪੁੱਛੇ ਤੋਂ, ਇੰਨੇ ਅੜਬ ਸੀ ਇਸ ਮਾਮਲੇ 'ਚ ਕਿ ਅੜ ਜਾਂਦੇ ਸੀ, ਲੜਨ ਤੱਕ ਜਾਂਦੇ ਸੀ। ਉਹ ਸੁਖਦੇਵ ਹੁਣੀ ਤੁਹਾਨੂੰ ਸਾਡੇ ਸਿਰਸਾ ਸਾਹਿਬ ਦੱਸ ਕੇ ਗਏ ਨੇ, ਤੇ ਭੋਲਾਪਣ ਇੰਨਾ ਪ੍ਰਧਾਨ ਬਣ ਗਏ ਕੇਂਦਰੀ ਪੰਜਾਬੀ ਲੇਖ ਸਭਾ ਦੇ। ਤੇ ਇੱਕ ਆਮ ਹੀ ਹੈ ਕਿ ਭੈਣੀ ਸਾਹਿਬ ਵਾਲੇ ਸਤਿਗੁਰੂ ਜਗਜੀਤ ਸਿੰਘ ਇਹ ਕਮਿਊਨਿਸਟਾਂ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਨਵਾਂ ਜਵਾਨਾਂ ਨੂੰ ਬੜਾ ਕੁਛ ਜਾਂਦਾ ਰਿਹਾ ਭੈਣੀ ਸਾਹਿਬ ਤੋਂ ਸਾਰਾ ਕੁਛ। ਤੇ ਉਹਨਾਂ ਕੋਲ ਹਮੇਸ਼ਾ ਹੀ ਜਦੋਂ ਲੰਗਰ ਲਾਉਂਦੇ ਸੀ, ਵੱਡੇ ਸਮਾਗਮ ਕਰਨੇ ਹੁੰਦੇ ਸੀ ਤੇ ਲੰਗਰ ਉਹ ਲਾਉਂਦੇ ਸੀ, ਧੀਰ ਸਾਹਿਬ ਨੂੰ ਕਿਹਾ ਗਿਆ, ਉਹਨਾਂ ਦਾ ਆਪਣਾ ਵੀ ਪਿਆਰ ਸੀ ਉਹਨਾਂ ਨਾਲ, ਕਿ ਚਲੋ ਉਹਨਾਂ ਕੋਲ ਆਪਾਂ ਚੱਲ ਗਏ। ਮੈਂ ਵੀ ਉੱਥੇ ਸੀ ਭੈਣੀ ਸਾਹਿਬ, ਤੇ ਆਏ ਧੀਰ ਸਾਹਿਬ, ਅਸੀਂ ਸਤਿਗੁਰੂ ਜੀ ਕੋਲ ਗਏ, ਅਰਜ਼ ਕੀਤੀ, ਤੇ ਉਹ ਕਹਿੰਦੇ ਵੀ ਹਾਂ ਧੀਰ ਸਾਹਿਬ ਦੱਸੋ ਕੀ ਕਰੀਏ, ਮੈਂ ਕੀ ਕਰਾਂ। ਉਹ ਕਹਿੰਦੇ ਵੀ ਸਾਨੂੰ ਨਾ ਤੁਸੀਂ 25,000 ਰੁਪਈਆ ਦੇ ਦਿਓ। ਤੇ ਸਤਿਗੁਰੂ ਜੀ ਹੱਥੇ ਹੱਥ ਮਾਰ ਕੇ ਹੱਸ ਪਏ, ਕਹਿੰਦੇ ਧੀਰ ਸਾਹਿਬ ਭੋਲੇ ਦੇ ਭੋਲੇ ਰਹੇ, 25,000 ਨਾਲ ਕੀ ਹੋਊਗਾ, 2 ਦਿਨ ਉੱਥੇ ਚੰਡੀਗੜ੍ਹ ਮਤਲਬ ਲੰਗਰ ਲਾਉਣਾ, ਅਸੀਂ ਚਲਾ ਲਵਾਂਗੇ। ਕਿ ਸਿਦਕ ਤੇ ਸਬਰ ਦੇਖੋ ਧੀਰ ਸਾਹਿਬ ਦਾ, ਨਹੀਂ ਅਸੀਂ ਚਲਾ ਲਵਾਂਗੇ ਸਤਿਗੁਰੂ ਜੀ, ਤੁਸੀਂ ਦੇ ਦਿਓ 25,000 ਰੁਪਈਆ ਸਾਨੂੰ ਦੇ ਦਿਓ। ਬਹੁਤ ਉਹ ਕਹਿੰਦੇ ਵੀ ਧੀਰ ਸਾਹਿਬ ਇਹ 25,000 ਵੀ ਤੁਹਾਨੂੰ ਦੇ ਦਿੰਦੇ ਹਾਂ, ਪਰ ਇਹ ਮੈਂ ਲੰਗਰ ਜਿਹੜਾ ਉਹ ਅਸੀਂ 2 ਦਿਨ ਸਾਂਭਾਂਗੇ, ਇਹਦਾ ਤੁਸੀਂ ਕੋਈ ਖਰਚਾ ਕਰ ਲਿਓ। ਧੀਰ ਸਾਹਿਬ ਨਾਲ ਜਿਹੜਾ ਪਿਆਰ ਸੀ, ਧੀਰ ਸਾਹਿਬ ਫਿਰ ਕਹਿੰਦੇ ਇਹ 25,000 ਨਾਲ ਸਾਡਾ ਸਰ ਜਾਣਾ ਹੈ। ਉਹ ਕਹਿੰਦੇ ਮੈਨੂੰ ਵੀ ਕੁਛ ਕਰ ਲੈਣ ਦਿਓ, ਮੇਰਾ ਵੀ ਕੋਈ ਹਿੱਸਾ ਪਾ ਲੈਣ ਦਿਓ, ਫਿਰ ਠੀਕ ਹੈ। ਧੀਰ ਸਾਹਿਬ ਦਾ ਜਿਹੜਾ ਅੰਦਾਜ਼ ਹੁੰਦਾ ਸੀ ਉਹ ਇਸ ਤਰ੍ਹਾਂ ਦਾ, ਭੋਲਾਪਣ, ਕਿਸੇ ਨੇ ਮਤਲਬ ਧੀਰ ਸਾਹਿਬ ਦਾ ਸਨਮਾਨ ਕੀਤਾ। ਉਦੋਂ ਆਮ ਚੱਲਦਾ ਹੁੰਦਾ ਸੀ ਕਿ ਲਿਫਾਫਾ ਜਾਂ ਖਾਲੀ ਦੇ ਦੇਣ ਹੁੰਦੇ ਸੀ, ਜੇ ਪੈਸੇ ਦਿੰਦੇ ਸੀ ਤੇ ਬਾਅਦ ਚ ਲੈ ਲੈਂਦੇ ਹੁੰਦੇ ਸੀ, ਤੇ ਬਸੰਤੋ ਜਦੋਂ ਸਨਮਾਨ ਹੋ ਗਿਆ, ਸਮਾਗਮ ਤੋਂ ਬਾਅਦ ਧੀਰ ਸਾਹਿਬ ਪ੍ਰਬੰਧਕਾਂ ਨੂੰ ਲੱਭਦੇ ਫਿਰਨ, ਕਹਿੰਦੇ ਉਹ ਲਿਫਾਫਾ ਲੈ ਲਓ ਯਾਰ ਆਪਦਾ, ਜਿਹੜਾ ਵਿੱਚ 500 ਰੁਪਈਆ ਪਾ ਕੇ ਦਿੱਤਾ, ਲੈਣਾ ਨੀ ਤੁਸੀਂ ਵਾਪਸ? ਉਹ ਕਹਿੰਦੇ ਵੀ ਨਹੀਂ, ਇਹ ਤੁਹਾਡਾ ਹੀ ਹੈ। ਧੀਰ ਸਾਹਿਬ ਦੇ ਜਿਹੜੀ ਇਹ ਭੋਲਾਪਣ ਸੀ, ਔਰ ਦੂਜਿਆਂ ਲਈ ਉਹਨਾਂ ਦੇ ਮਨਾਂ 'ਚ ਇੰਨਾ ਪਿਆਰ ਸੀ, ਜਿਹੜੇ ਉਹਨਾਂ ਦੇ ਬਰਾਬਰ ਦੇ ਮੇਰੇ ਕੋਲ ਭੈਣੀ ਸਾਹਿਬ ਮੈਨੂੰ ਕਹਿੰਦੇ ਵੀ ਗੱਲ ਸੁਣ ਸੁਖਜੀਤ, ਬੋਲਦੇ ਐਂ ਹੁੰਦੇ ਸੀ ਉਹ, ਅਜਾਇਬ ਚਿੱਤਰਕਾਰ ਨੂੰ ਫਲਾਣੀ ਦਵਾਈ ਦੀ ਲੋੜ ਹੈ ਆਯੁਰਵੇਦ ਦੀ,
ਮੈਨੂੰ ਪਤਾ ਇੱਥੋਂ ਤੋਂ ਅਸੀਂ ਬਣਾਉਂਦੇ ਹਾਂ, ਤੂੰ ਬਣਾਉਣਾ ਮਿਲਦੀ ਹੈ, ਇਹ ਦਵਾਈ ਉਹਨੂੰ ਤੂੰ ਪਹੁੰਚਾਉਣੀ ਹੈ। ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਸਵੇਰੇ ਹੀ ਪਹੁੰਚਾ ਦੂੰਗਾ, ਵੀ ਤੁਹਾਨੂੰ ਵੀ ਇਹ ਅੱਜ ਦੇ ਗੋਡੇ ਵਗੈਰਾ ਦੁਖਦੇ ਹੋਣ ਤਾਂ ਜਾਂ ਕੋਈ ਗੱਲ ਹੋਵੇ ਦਵਾਈ ਲੈ ਜਾਓ ਤੁਸੀਂ, ਨਹੀਂ ਮੈਂ ਵੀ ਲੈ ਲੂੰ ਜੇ ਲੋੜ ਹੋਈ, ਇਹ ਬਹੁਤ ਮਹਿੰਗੀ ਬਣਦੀ ਹੈ, ਤੂੰ ਅਜਾਇਬ ਚਿੱਤਰਕਾਰ ਹੋਣਾ ਨੂੰ ਜ਼ਰੂਰ ਪਹੁੰਚਾਉਣੀ ਹੈ ਸਵੇਰੇ ਦਵਾਈ, ਉਹਨੂੰ ਜ਼ਿਆਦਾ ਲੋੜ ਹੈ ਅਜਾਇਬ ਚਿੱਤਰਕਾਰ ਨੂੰ। ਇਸ ਤਰ੍ਹਾਂ ਦੇ ਧੀਰ ਸਾਹਿਬ ਸੀਗੇ, ਬੜੀਆਂ ਉਹਨਾਂ ਦੀਆਂ ਨਿੱਕੀ ਨਿੱਕੀਆਂ ਗੱਲਾਂ ਨੇ ਬਹੁਤ ਸਾਰੀਆਂ, ਪਰ ਹੁਣ ਮੈਂ ਗੱਲਾਂ ਉਹ ਨਹੀਂ ਕਰਨੀਆਂ ਹੈਗੀਆਂ। ਇੱਥੋਂ ਦੇ ਸਰਪੰਚ ਸਾਹਿਬ, ਪੰਚਾਇਤ, ਮੁਅੱਜਦ ਆਦਮੀ ਜਿੰਨੇ ਨੇ, ਉਹਨਾਂ ਸਾਰਿਆਂ ਦਾ ਸੱਚਮੁੱਚ ਇੰਨਾ ਐ ਬੈਠ ਕੇ ਤਹਮਲ ਨਾਲ ਸੁਣਨ ਦੇ ਲਈ ਬਹੁਤ ਅਸੀਂ ਰਿਣੀ ਹਾਂ ਸਾਰੇ ਜਿੰਨੇ ਵੀ ਹਾਂ।